देखो का हां कहानी कौन कौन सुनाऊंगा है? दादी मत कहानी सुनाने नहीं। हाँ जी तुसी किस तो कहानी सुनते हो? मैं जी मैडम मेरी पुआ सुनाती है। पुआ कहानी सुनाती है। अच्छा किसी ने कोई कहानी याद है भी दसो? मैडम जी सानू कहानी याद है। अच्छा फिर सुनाओ। चलो मैं हूं आपा एक मिनट तो कहानी सुन दिया। हाँ जी एक मिनट कहानी सुनाओ बेटा। एक जंगल में मोटा टायर लगा रहता सी। एक दिन वो कहा जा रहा सी, उधर एक शेर आया। अच्छा जी शेर ने वो भूख लगी हुई सी। शेर ने सोचा क्या दिन गधे ने खाना जाने। शेर फिर गधे को आ गया। शेर ने बड़े प्यार ना गधे ने क्या सुमाओ भी को दियो तेरा भी हार चाड़ा है। मरना सब ठीक ठाक है। मैं सुनिया तेरे पास सड़ कितन बड़ा सोना बड़ा बाड़ा पहने पड़ेगा। आपको देना
ਤੁਹਾਡੀ ਖੇਡ ਇੱਥੇ ਹੀ ਖਤਮ ਹੁੰਦੀ ਹੈ ਤੇ ਚਲੋ ਆਪਾਂ ਹੁਣ ਕਿਤਾਬਾਂ ਪੜ੍ਹਦੇ ਹਾਂ। ਕਿਉਂ ਕੀ ਹੋ ਗਿਆ? ਮੈਡਮ ਜੀ ਹੁਣੀ ਤਾਂ ਤੁਸੀਂ ਆਖਿਆ ਸੀ ਵੀ ਘੰਟੇ ਦੀ ਛੁੱਟੀ ਆ ਗਈ, ਹਜੇ ਤਾਂ ਅਸੀਂ ਖੇਡਣ ਵੀ ਨਹੀਂ ਲੱਗੇ। ਬੇਟਾ ਜੀ ਅਸੀਂ ਨਾ ਤਾਂ ਜਮਾਤ ਵਿੱਚ ਜਾਵਾਂਗੇ ਤੇ ਨਾ ਹੀ ਤੁਹਾਡਾ ਬੈਗ ਖੋਲਾਂਗੇ। ਮੈਂ ਫਿਰ ਕਿਤਾਬਾਂ ਕਿਵੇਂ ਪੜ੍ਹਾਂਗੇ? ਕਿਤਾਬਾਂ ਕਿਵੇਂ ਪੜ੍ਹਾਂਗੇ? ਹਾਂਜੀ ਇਹ ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਅੱਛਾ ਇਹ ਦੱਸੋ ਬੈਗ ਤੋਂ ਇਲਾਵਾ ਕਿਤਾਬਾਂ ਕਿੱਥੇ ਹੁੰਦੀਆਂ ਬਈ? ਬਿਲਕੁਲ, ਤਾਂ ਹੁਣ ਆਪਾਂ ਜਾਵਾਂਗੇ ਲਾਇਬ੍ਰੇਰੀ। ਅੱਛਾ ਓਕੇ ਓਕੇ। ਬੇਟਾ ਜੀ ਇੱਕ ਗੱਲ ਯਾਦ ਰੱਖਣੀ ਹੈ ਕਿ ਲਾਇਬ੍ਰੇਰੀ ਦਾ ਸਭ ਤੋਂ ਪਹਿਲਾ ਤੇ ਲਾਜ਼ਮੀ ਨਿਯਮ ਹੁੰਦਾ ਹੈ ਕਿ ਲਾਇਬ੍ਰੇਰੀ ਦੇ ਵਿੱਚ ਸ਼ੋਰ ਨਹੀਂ ਕੀਤਾ ਜਾਂਦਾ। ਜਦੋਂ ਤੁਸੀਂ ਲਾਇਬ੍ਰੇਰੀ ਪਹੁੰਚ ਗਏ ਤਾਂ ਤੁਸੀਂ ਚੁੱਪ ਚਾਪ ਮੌਨ ਪਾਠ ਕਰਨਾ ਹੈ ਆਪਣੀ ਆਪਣੀ ਮਨਪਸੰਦ ਪੁਸਤਕ ਲੈ ਕੇ। ਹੈ ਤਾਂ ਚੱਲੀਏ ਲਾਇਬ੍ਰੇਰੀ? ਹਾਂ ਜੀ ਬਿਲਕੁਲ। ਚਲੋ ਜੀ ਫੇਰ ਹੁਣ ਆਪਾਂ ਲਾਇਬ੍ਰੇਰੀ ਚੱਲਦੇ ਹਾਂ। ਬਿਲਕੁਲ ਬੇਟਾ ਜੀ, ਇਹ ਸਾਰੀਆਂ ਕਿਤਾਬਾਂ ਤੁਹਾਡੀਆਂ ਹਨ, ਤੁਸੀਂ ਸਾਰੇ ਬੱਚੇ ਹੀ ਇਹਨਾਂ ਨੂੰ ਘਰ ਲਿਆ ਸਕਦੇ ਹੋ। ਤੁਸੀਂ ਆਪਣੇ ਲਾਇਬ੍ਰੇਰੀ ਸਰ ਕੋਲੋਂ ਇਸ ਨੂੰ ਇਸ਼ੂ ਕਰਵਾ ਲਓ। ਜਾਓ ਬੇਟਾ ਜੀ ਇਸ਼ੂ ਕਰਵਾਓ ਇਸ ਕਿਤਾਬ ਨੂੰ। ਮੈਂ ਬਹੁਤ ਸਾਰੀਆਂ ਕਿਤਾਬਾਂ ਇਸ਼ੂ ਕਰਵਾਈਆਂ ਹਨ। ਸ਼ਾਬਾਸ਼, ਤੁਸੀਂ ਵੀ ਸੁਖਦੇਵ ਬਹੁਤ ਸਾਰੀਆਂ ਕਿਤਾਬਾਂ ਲੈ ਕੇ ਜਾਣੀਆਂ ਹਨ ਤੇ ਪੜ੍ਹਨੀਆਂ ਹਨ। ਵੈਰੀ ਗੁੱਡ, ਸ਼ਾਬਾਸ਼। ਸਹਿਜ ਨੇ ਬੜੀ ਸੋਹਣੀ ਗੱਲ ਦੱਸੀ ਹੈ ਬੱਚਿਓ, ਸਾਰੇ ਬੱਚੇ ਧਿਆਨ ਨਾਲ ਸੁਣੋ ਕਿ ਇਹਨਾਂ ਕਿਤਾਬਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਿਤਾਬਾਂ ਕਿੰਨੀਆਂ ਸੋਹਣੀਆਂ ਤੇ ਸਾਫ ਸੁਥਰੀਆਂ ਹਨ। ਇਹ ਤੁਸੀਂ ਪੜ੍ਹਨੀਆਂ ਹਨ, ਤੁਹਾਡੇ ਤੋਂ ਬਾਅਦ ਤੁਹਾਡੇ ਹੋਰ ਸਹਿਪਾਠੀ ਆਉਣਗੇ, ਇਸ ਤੋਂ ਬਾਅਦ ਹੋਰ ਬੱਚੇ ਆਉਣਗੇ ਤੇ ਉਹ ਵੀ ਇਹਨਾਂ ਕਿਤਾਬਾਂ ਨੂੰ